अस्सलामु अलैकुम दोस्तों, असीं उम्मीद करने हैं जिथे भी वसते होवोगे खुशबाश होवोगे ठीक ठाक होवोगे। तुहानूं पता है कि असीं माल डंगर दे हवाले नाल डेयरी फार्मिंग दे हवाले नाल वीडियोज़ बनाने हैं। अराउंड द विलेज यूट्यूब चैनल विच तुहानूं खुश आमदीद। अज दी वीडियो काफ़ी दिलचस्प होने वाली है। ये वीडियो का मौजू शौक का कोई मोल नहीं। इस दे नाल ही तुहानूं अज असीं एक शौकीन जट भरा नाल मिलाउने हां जिहड़ा के माल डंगर का काफी शौक रखते ने। अस्सलाम वालेकुम जी। वालेकुम अस्सलाम जी। की हाल चाल जी? खैर खरीयत है जी, तुसीं सुनाओ। अल्लाह दा करम। केड़े इलाके तो जी? कत्ती चक्को जी। अपना तुहाडे कोल एक गां सुने अज तो चंद साल पहले तुसीं गां लियांदी काफी महंगी लियांदी। ओ किस तरह तुसीं गां लियांदी ते तुहानूं क्यों तुसीं इन्ने पैसे उत्ते भरे? एक ते जी ओ गां बड़ी चंगी सी, गां लैण वास्ते इत्थों गए आ सरगोधे। अच्छा। सरगोधे गए हैं तो उत्थे ना फिरद फिरद ना गां एक डेरे तो बड़ी चंगी गां नज़र आई। अच्छा, मंडी च नहीं गए तुसी? डेरे ते गए? डेरे ते गए। अच्छा। डेरे ते गए, एक सज्जन बंदे ने दसिया सी। अच्छा। असी फिर असी और डेरे ते गए, उस डेरे ते गए जान नाल सानू गां पसंद आ गई। अच्छा। गां जिसले पसंद आई, गां बहुत चंगी पहलन वैड सी जी, गां बड़ी चंगी। ओ जनाबे वाली जिसले गां दा रेट पुछया, उन्हें आख्या जी 4.5 लाख रुपया। ये जनाब 2017। हाँ जी। अच्छा। उन्हें आख्या जी गां दा 4.5 लाख रुपया। साढ़े कोल महरान गड्डी सी जी। असी जनाबे वाली महरान गड्डी जड़ी उत्थे ही फरोगत कर दिती। उन्हें नू महरान गड्डी दे के तुसी गां लियांदी? असां गां लियांदी। यानी कि गड्डी दिती ते गां लियांदी? हाँ, गां लियांदी। बड़ी गल है जी। पैसे ला के गए आख्या जी गड्डी दे दियो ते गां लै जाओ। गां लै जाओ, बड़ी गल है। मैं आख्या यार ये तो काम खराब ही है, पर मैं आख्या चलो शौक दा मुल कोई नहीं, तुहानू पसंद आ गई। पसंद आ गई। ਉਹ ਜਨਾਬੇ ਵਾਲੀ ਉਹਨੇ ਆਖਿਆ ਸਾਨੂੰ ਗੱਡੀ ਦੇ ਦਿਓ ਤੇ ਤੁਸੀਂ ਗਾਂ ਲੈ ਜਾਓ। ਸਹੀ ਹੋ। ਅਸੀਂ ਆਖਿਆ ਚਲੋ ਇਸ ਤਰ੍ਹਾਂ ਹੀ ਕਰ ਲਓ, ਤੁਹਾਨੂੰ ਪਸੰਦ ਜੀ ਤੁਸੀਂ ਲੈਣੀ ਲੈਣੀ ਸੀ, ਹਾਂ ਮਰਜ਼ੀ ਕਹਿ ਲੈਂਦੇ। ਉਹ ਜਨਾਬੇ ਵਾਲੀ ਅਸੀਂ ਗੱਡੀ ਦੇ ਕੇ ਤੇ ਗਾਂ ਲੈ ਆਏ। ਸਹੀ ਹੋ। ਤੇ ਕਿੰਨੇ ਸੂਏ ਸੂ ਗਈ ਜੀ? ਇਹ ਜੀ ਹੁਣ ਤੀਸਰਾ ਸੂਆ ਸੂਈ ਹੈ। ਤੇ ਤੁਹਾਡੀਆਂ ਉਮੀਦਾਂ ਤੇ ਪੂਰਾ ਉਤਰੀ, ਤੁਹਾਨੂੰ ਪਸੰਦ ਤੇ ਆਈ ਗਾਂ ਨੇ ਦੁੱਧ ਛੋਟੇ? ਇਹ ਜਨਾਬੇ ਵਾਲੀ ਪਹਿਲਣ ਵੈੜ ਨੇ ਅਸਾਂ 16 ਤੋਂ 17 ਲੀਟਰ ਇੱਕ ਟਾਈਮ ਦਾ ਦੁੱਧ ਚੋਇਆ ਦੇ ਥਲੇ। ਮਾਸ਼ਾਅੱਲਾ, ਬੜੀ ਗੱਲ ਹੈ ਜੀ। ਤੇ ਕਿੰਨਾ ਸੂਆ ਜੇ ਹੁਣ ਤੀਸਰਾ? ਹੁਣ ਤੀਸਰਾ ਸੂਆ ਸੂਈ, ਅੱਗੇ 2 ਵੱਛੀਆਂ ਦਿੱਤੀਆਂ ਨੇ ਇਹਨੇ ਜੀ। ਅੱਛਾ। ਉਹ ਕੋਲ ਜੀ ਸੇਲ ਕਰਤੀਆਂ ਜੀ? ਨੋ, ਸੇਲ ਕਰ ਦਿੱਤੀਆਂ ਨੇ। ਅੱਛਾ। ਉਹ ਕਿੰਨੇ ਕਿੰਨੇ ਦੀ ਸੇਲ ਕੀਤੀ ਜੀ? ਇੱਕ ਵੱਛੀ ਇਹਦੀ ਕੀਤੀ ਹੈ ਜੀ 3 ਲੱਖ ਦੀ। ਮਾਸ਼ਾਅੱਲਾ ਜੀ। ਤੇ ਇੱਕ ਵੱਛੀ ਕੀਤੀ ਹੈ ਇਹਦੀ 2.5 ਲੱਖ ਦੀ। ਮਾਸ਼ਾਅੱਲਾ, 5.5, ਯਾਨੀ ਕਿ ਆਪਣੇ ਮੋਲ ਤੋਂ ਤੇ ਉਹ ਤਾਂ ਆਪ ਤੁਹਾਨੂੰ ਪੈਸੇ ਵਾਪਸ ਕਰ ਗਈ। ਹਾਂ ਜੀ। ਤੇ ਹੁਣ ਮਗਰ ਕੀ ਜੀ? ਹੁਣ ਵੀ ਵੱਛੀ ਹੈ ਜੀ ਉਹਦੇ। ਜਿਹੜੀ ਵੱਛੀ ਮਗਰ ਜੀ ਉਹਦਾ ਕੀ ਕੋਈ ਨਿੱਕੀ ਜੀ ਨਹੀਂ? ਮੈਂ ਸੁਣਿਆ ਮੁੱਲ ਸ਼ੁੱਲ ਮੰਗਦੇ ਫਿਰਦੇ ਉਹ ਤਾਂ ਲੋਕ, ਮਗਰ ਉਹਦੇ ਲੱਗੇ ਤੁਹਾਨੂੰ ਦੇ ਦਿਓ। ਉਹ ਜੀ 80,000 ਰੁਪਇਆ ਦਿੰਦੇ ਨੇ, ਉਹਦਾ ਅਸੀਂ ਨਹੀਂ ਦਿੰਦੇ ਵੱਛੀ। ਯਾਨੀ ਕਿ ਉਹ ਕਿੰਨੇ ਦਿਨਾਂ ਦੀ ਜੀ ਹਾਲੀ? ਉਹ ਹਲੇ ਆਇਆ ਜੀ 12 ਦਿਨਾਂ ਦੀ। ਅਸੀਂ ਆਪਣੇ ਵਿਊਅਰਸ ਨੂੰ ਵਿੱਚੋਂ ਵਹਾ ਵੀ ਦਿੰਦੇ ਹਾਂ ਵੱਛੀ। ਹਾਂ, ਉਹ ਵੱਛੀ ਹੈ ਜਿਹੜੀ ਚਾਚੂ ਅੱਗੇ ਨਾਂ ਲਿਆ ਸੀ ਕਿ 80,000 ਰੁਪਇਆ ਦਾ ਮਿਲਦਾ ਪਿਆ ਉਹਨਾਂ ਨੂੰ, ਲੇਕਿਨ ਉਹਨਾਂ ਨਹੀਂ ਦਿੱਤੀ ਹੈ। ਤੇ ਆ ਕੋਈ ਝੂਠ ਵਾਲੀ ਗੱਲ ਨਹੀਂ, ਆ ਹਕੀਕਤ ਗੱਲ ਹੈ। ਸ਼ੌਕ ਦਾ ਲੋਕਾਂ ਦਾ ਮੁੱਲ ਨਹੀਂ ਹੁੰਦਾ, ਲੋਕਾਂ ਨੇ ਇਹਨਾਂ ਪੈਸੇ ਲਾਏ ਨੇ, ਲੇਕਿਨ ਉਹਨਾਂ ਨੇ ਆਪ ਖੁਦ ਰੱਖਣੀ ਹੈ, ਖੁਦ ਇਹਨੂੰ ਜਵਾਨ ਕਰਨਗੇ, ਖੁਦ ਘਰ ਸਮਾਉਣਗੇ, ਫਿਰ ਉਹਨਾਂ ਦਾ ਦਿਲ ਕੀਤਾ ਤੇ ਇਹਨੂੰ ਵੇਚਣਗੇ, ਦਿਲ ਕੀਤਾ ਤੇ ਨਾ ਵੇਚਣ। ਜਿਵੇਂ ਕਿ ਦੋਸਤੋ ਤੁਸੀਂ ਵੇਖਿਆ ਵੱਛੀ ਨੂੰ ਜਿਹੜੀ ਕਿ ਹਾਲੇ 12 ਦਿਨ ਦੀ ਹੈ, ਉਸ ਦੇ ਨਾਲ ਹੀ ਹੁਣ ਤੁਹਾਨੂੰ ਅਸੀਂ ਆਹ ਵੱਛੀ ਦੀ ਮਾਂ ਵਿਖਾਉਂਦੇ ਹਾਂ ਜਿਹੜੀ ਕਿ 2017 ਦੇ ਵਿੱਚ ਗੱਡੀ ਦੇ ਕੇ ਖਰੀਦੀ ਗਈ ਸੀ ਸਰਗੋਧਾ ਸ਼ਹਿਰ ਤੋਂ। ਲਓ ਜੀ ਦੋਸਤੋ, ਆਓ ਗਾਂ ਜੇ ਜਿਹੜੀ ਕਿ ਬੜੇ ਸ਼ੌਕ ਨਾਲ ਸਾਡੇ ਜੱਟ ਭਰਾ ਨੇ ਗੱਡੀ ਦੇ ਕੇ ਖਰੀਦੀ ਸੀ। ਹੁਣ ਤੁਹਾਨੂੰ ਗਾਂ ਜ਼ਰੂਰ ਕਮਜ਼ੋਰ ਮਹਿਸੂਸ ਹੁੰਦੀ ਹੋਣੀ ਹੈ। ਤੀਸਰੇ ਸੂਏ ਗਾਂ ਥੋੜ੍ਹੀ ਜਿਹੀ ਬਿਮਾਰ ਹੋ ਗਈ ਸੀ, ਜਿਹਦੀ ਵਜ੍ਹਾ ਨਾਲ ਗਾਂ ਕਮਜ਼ੋਰ ਹੋ ਗਈ ਹੈ। ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਬੈੱਲ ਆਈਕਨ ਦੇ ਬਟਨ ਨੂੰ ਲਾਜ਼ਮੀ ਦੱਬਿਓ ਤਾਂ ਕਿ ਤੁਹਾਡੇ ਆਉਣ ਵਾਲੀ ਹਰ ਵੀਡੀਓ ਸਾਡੇ ਤੱਕ ਬਆਸਾਨੀ ਪਹੁੰਚਦੀ ਰਹੇ। ਬੜੀ ਮਿਹਰਬਾਨੀ। ਖੁਦਾ ਹਾਫਿਜ਼।